ਮੋਰਨਿੰਗ ਟੂ ਆਸ਼ੂ ਦੀ ਹੱਟੀ, ਆਸ਼ੂ ਦੀ ਹੱਟੀ ਬੰਗਾ ਰੋਡ ਤੇ ਜੀ। ਆ ਸੈਚੀ ਲਓ, ਇਹਨੂੰ ਸੈਚੀ ਅੱਜ ਦਿਖਾਵਾਂਗੇ ਤੁਹਾਨੂੰ ਵੱਡੇ ਵੱਡੇ ਸਹਿਜ, ਜਾਣੀ 60 ਇੰਚ ਸਹਿਜ ਤੱਕ ਵੀ ਆ ਚੁੱਕੇ ਆ। ਚਲੋ ਖੋਲੋ ਜੀ, ਪਹਿਲਾਂ ਖੋਲੋ ਵੀ ਇੱਕ ਸਹਿਜ। ਆ ਦੇਖੋ ਪਹਿਲਾਂ ਗਰਾਰਾ ਉੱਪਰ ਚੜੋ, ਦੋਨੇ ਵਾਲੇ ਖੜੋ। ਇਹਨੂੰ ਕਹਿੰਦੇ ਆ ਸ਼ਰਾਰਾ, ਲੈ ਦੇ ਸੋਹਣਿਆ ਸ਼ਰਾਰਾ, ਲੱਗਦਾ ਬੜਾ ਹੀ ਪਿਆਰਾ। ਸਹੀ ਗੱਲ ਆ, ਉਹ ਇੱਕ ਸਾਈਡ ਤੇ ਦੇਖੋ ਵੱਡਾ ਮੁੰਡਾ ਭਾਜੀ, ਤੇ ਆਹ ਵਾਲੀ ਹੈਗੀ ਆ ਸ਼ਰਟ। ਇਸ ਟਾਈਮ NRI ਦਾ ਪੂਰਾ ਹੈਗਾ ਆ ਜ਼ੋਰ, 56 ਇੰਚ ਸਾਈਜ਼। 56 ਨਹੀਂ ਭਾਜੀ, 60 ਦੇ ਉੱਪਰ ਤਿਆਰ ਹੋਣਾ ਇਹ। ਇੰਚੀ ਟੇਪ ਕਿੱਥੇ ਜਦਨ? ਲਿਆਓ ਇੰਚੀ ਟੇਪ ਤੇ ਨੀਚੇ ਵਜਾਓ ਜਰਾ, ਰੇਟ ਬੋਲੋ ਨਾਲੇ ਹੀ। ਸਹੀ ਫੜ ਜਰਾ, ਸਹੀ ਆ ਲਓ। ਇੰਚੀ ਟੇਪ ਵੀ ਆ ਗਿਆ ਤੇ ਪੀਸ ਵੀ ਖੁੱਲ ਗਿਆ। ਆ ਲੱਗੀ ਗਿਣਤੀ ਭਾਜੀ, ਇੱਕ ਤੋਂ ਲੈ ਕੇ ਲਓ ਜੀ 28, 2, 56 ਹੀ ਆ ਭਾਜੀ। 56 ਪੁੱਠਾ ਕਰ ਫਿਰ ਜਰਾ, ਪੁੱਠਾ ਪੁੱਠਾ ਪੁੱਠਾ, ਏਦਾਂ ਨੀ ਏਦਾਂ, ਯਾਨੀ 56 ਇੰਚ ਦਾ ਤਿਆਰ ਆ। 56 ਤੋਂ ਬਾਅਦ ਭਾਜੀ ਹੋ ਗਿਆ 4 ਇੰਚ, 60 ਇੰਚ ਪਹੁੰਚ ਗਿਆ ਜੀ। ਅਕਾਬੇ ਵਗੈਰਾ ਕੱਢ ਦਿੱਤੇ ਤੇ 60 ਤੋਂ ਉੱਪਰ ਚੱਲ ਜਾਣਾ ਨੇ, 62 ਇੰਚ ਤਿਆਰ ਹੋਏ ਨਾ। ਇਹ ਮੇਲੇ ਆਸ਼ੂ ਦੀ ਹੱਟੀ ਦੇ ਹੀ ਆ ਜੀ, ਓਨ ਆਰਡਰ। ਲਓ ਜੀ 60 ਤੋਂ ਉੱਪਰ, ਜਾਣੀ 60 ਦਾ ਤਿਆਰ ਹੈਗਾ ਹੀ ਆ ਨਾ ਭਾਜੀ। ਭਾਈ 60 ਇੰਚ ਕੋਈ ਹੁੰਦਾ ਟਾਮਾ ਟਿੱਕਾ, ਜਾਣੀ ਕਸਟਮਰ ਦੀ ਹੱਡ ਡਿਮਾਂਡ ਹੁੰਦੀ ਹੈ 54 ਤੱਕ। ਆਪਣੇ ਕੋਲ 54, 56, 58, 60 ਤੱਕ ਤਿਆਰ ਆ। ਆ ਜਾਓ ਫਟਾਫਟ ਆਸ਼ੂ ਦੀ ਹੱਟੀ ਦੀ। ਲਓ ਜੀ ਰੇਟ ਬੋਲਿਓ, ਰੇਟ ਬੋਲੋ। ਆ ਗਰਾਰਾ 3590 ਰੁਪਏ ਆ ਵਾਲਾ, ਉਹ ਤੇਰਾ ਦਿਮਾਗ ਖਰਾਬ ਆ। 3590 ਭਾਜੀ ਆਸ਼ੂ ਦੀ ਹੱਟੀ ਹੈ, ਸ਼ਾਇਦ ਤਾਂ ਦੇ ਲੈ ਪਹਿਲਾਂ ਕਿਹੜਾ ਭਾਜੀ, ਇਹ ਆਸ਼ੂ ਦੀ ਹੱਟੀ ਆ, ਇੱਥੇ ਕੁਛ ਵੀ ਹੋ ਸਕਦਾ। 3590 ਰੈਡੀਮੇਡ, ਏਡੇ ਵੱਡੇ ਸਾਈਜ਼, ਕੱਪੜਾ ਵੀ ਨਵਾਂ, ਕੁਆਲਿਟੀਆਂ ਵੀ ਸੋਹਣੀਆਂ, ਗਰਾਰਾ ਵੀ ਵੱਡਾ, ਚੁੰਨੀ ਨਾਲ ਹੈ ਨੀ ਹੈਗੀ ਭਾਰੀ, ਹੈਗੀ ਭਾਰੀ ਨੈਟ ਦੀਆਂ ਚੁੰਨੀਆਂ ਨੀ। ਆ ਚੁੰਨੀ ਦੇਖੋ ਭਾਜੀ, ਇੱਦਾਂ ਨੀ ਕੋਈ ਛੋਟੀ ਚੁੰਨੀ ਆ, ਵਧੀਆ ਚੁੰਨੀਆਂ ਆ ਭਾਜੀ, ਖੁੱਲੀਆਂ ਡੁੱਲੀਆਂ ਚੁੰਨੀਆਂ ਭਾਜੀ। ਕਿੰਨੇ ਦਾ? 3590 ਚਲੋ ਉਹਨੂੰ ਸੈਰ ਤੇ ਕਰੋ ਅਗਲੇ, ਚਲੋ ਫਟਾਫਟ ਉੱਠ ਕਰੋ, ਇੱਧਰ ਇੱਧਰ ਮਾਰੋ ਇੱਧਰ। ਨਵਾਂ ਕੱਪੜਾ ਆਇਆ ਸ਼ਮਾਏ ਸ਼ਾਸ਼ਾ, ਕਿਹੜੀ ਸ਼ਾਸ਼ਾ ਭਾਜੀ? ਬਾਹਰ ਆ ਜਾਓ, ਉਹ ਵੀ ਰੈਡੀਮੇਡ ਦੇ ਵਿੱਚ ਭਾਜੀ। ਤੁਹਾਡੀ ਨਾ ਇਧਰੋਂ ਐਂਟਰੀ ਆ ਨਾ ਉਧਰੋਂ ਐਂਟਰੀ ਆ, ਤੁਹਾਡੀ ਐਂਟਰੀ ਇੱਧਰ ਦੀ ਆ ਰੈਡੀਮੇਡ ਦੇ ਵਿੱਚ ਭਾਜੀ। ਘੇਰਾ ਐਡਾ ਕੁ ਵੱਡਾ ਵਾ, ਲਹਿੰਗਾ ਫੀਲਿੰਗ ਆਣੀ, ਲਹਿੰਗਾ ਫੀਲਿੰਗ। ਲੈ ਦੇ ਸੋਹਣਿਆ ਗਰਾਰਾ, ਸਾਰਾ ਜਰਕਨ ਦਾ ਕੰਮ ਭਾਜੀ, ਜਰਕਨ ਭਾਈ। ਦੁਪੱਟਾ ਵੀ ਬਹੁਤ ਸੋਹਣਾ, ਸੇਮ ਮੈਚਿੰਗ ਸੀਪ ਕਵਸ ਦੀ, ਤੇ ਰੇਟ ਬੋਲਿਓ ਰਿੰਪਲ ਭਾਜੀ, ਜਿਹੜਾ ਧਿਆਨ ਨਾਲ ਰੇਟ ਬੋਲਿਓ, ਧਿਆਨ ਦੇ ਨਾਲ। ਭਾਜੀ ਆਪਾਂ ਨਾ ਇਹ ਦੇਣਾ 14,000 ਦਾ, ਨਾ ਦੇਣਾ 12,000 ਦਾ, ਨਾ ਦੇਣਾ 10,000 ਦਾ, ਨਾ 8,000 ਦਾ। 10,000 ਤੋਂ ਪਲੱਸ ਹੀ ਆ ਭਾਜੀ। ਭਾਜੀ ਆਪਾਂ 8,000 ਦਾ ਵੀ ਨੀ ਦੇਣਾ, 7 ਦਾ ਵੀ ਨੀ ਦੇਣਾ, ਚਲੋ ਜੀ ਵਿਕ ਗਏ ਕਿਹੜਾ ਕਰੋ ਗੇ।
ਦਿਨ ਸ਼ਨੀਵਾਰ ਦਾ ਪੀਸ ਵੀ ਖੋਲਿਆ ਬਲੈਕ। ਦੇਖੋ ਬੈਕ ਫਰੰਟ ਇੱਥੇ ਸੇਮ ਬਣੀ, ਇਹ ਨੀ ਗੱਲਾਂ ਫਰੰਟ ਆ ਜੀ, ਬੈਕ ਵੀ ਸੇਮ। ਏਦਾਂ ਲੱਗਣਾ ਲਹਿੰਗਾ ਪਾਇਆ ਵਾ ਜੀ। ਬਿਲਕੁਲ। ਰੇਟ ਕਿੰਨਾ ਜੀ? ਸਿਰਫ 3599। ਕਸਟਮਰ ਕਹਿੰਦਾ ਜੀ ਸਾਡੇ ਕੋਲ ਸਹਿਜ ਨੀ, ਅਸੀਂ ਪੂਰਾ ਹਿੰਦੁਸਤਾਨ ਘੁੰਮ ਲਿਆ, ਐਡੇ ਸਹਿਜ ਨੀ ਮਿਲਦੇ ਪਏ। ਜੇ ਜਾਂਦੇ ਆ ਤੇ ਕਹਿੰਦੇ ਆਰਡਰ ਤੇ ਤਿਆਰ ਹੋਣਾ ਆ। ਆਹੀ 3500 ਵਾਲਾ 3 ਗੁਣਾ ਰੇਟ 10,000 ਪਲੱਸ, ਇੱਥੇ 3500 ਦਾ 3500 ਹੀ ਲੈ ਲਓ, ਰੈਡੀਮੇਡ ਭਾਵੇਂ 4 ਰੋਟੀਆਂ ਹੋਰ ਖਾਈ ਜਾਓ, ਹੋਰ ਕੋਈ ਏਦਾਂ ਦੀ ਗੱਲ ਨੀ। ਜਿੱਡੇ ਬੜੀ ਵੱਡੇ ਸਹਿਜ ਲੈ ਲਿਓ। ਚਲੋ ਅਗਲਾ ਇੱਕ ਆਹ ਸਲੂਫਾ ਭਾਈ, ਰੰਗ ਲਾਈਓ ਨਾਲ, ਇਕੱਲਾ ਬੈਡ ਲਾ ਵੀ ਦੇਖੋ ਭਾਈ ਨਾਲ ਭਾਈ ਆਓ ਬਾਹਰ ਜਤਨ ਜੀ। ਭਾਜੀ ਵੱਡੇ ਵੱਡੇ ਸਾਈਜ਼ ਲਿਆਂਦੇ ਆ, ਵੱਡੇ ਵੱਡੇ ਕੋਲ ਖੜ ਖੜ ਕੇ ਤਿਆਰ ਕਰਾਏ ਮਸ਼ੀਨਾਂ 'ਚ, ਬਈ ਸਾਈਜ਼ ਵੱਡੇ ਤਿਆਰ ਕਰਾਉਣੇ ਆ। ਆਹ ਪੂਰਾ ਹੈਵੀ, ਆ ਪੂਰੀ ਸ਼ਰਟ ਤੇ ਬੈਕ ਵੀ ਸੇਮ, ਸ਼ਰਾਰਾ ਘੁਮਾ ਦਿਓ ਫਰੰਟ ਬੈਕ। 12,800 ਰੁਪਏ ਵਾਲਾ ਕਿੰਨੇ ਦੇ ਦੇਣਾ ਆਪਾਂ ਇਹਨੂੰ? 3599 ਬਿਲਕੁਲ ਜਿਹੜਾ ਨਾ ਆਂਦਾ ਗਰਾਰਾ ਉਹ ਬਸ ਇੰਨਾ ਕ ਵਰਕ ਹੁੰਦਾ ਨੀਚੇ ਨੀਚੇ, ਇੰਨਾ ਕ ਇਹ ਉੱਪਰ ਤੱਕ ਵਰਕ ਕੀਤਾ ਆ। ਜਿੱਦਾਂ ਫਰੰਟ ਆ ਉਹਦੇ ਬੈਕ ਵੀ ਆ, ਤੇ ਦੁਪੱਟਾ ਵੀ ਬਹੁਤ ਸੋਹਣਾ ਕੱਢਿਆ 4 ਸਾਈਡ, ਇਹਨੀ ਕਿ ਨੈਟ ਦਾ ਦੁਪੱਟਾ ਮਰਿਆ ਜਾਂ ਲਾਤਾ ਨਾ ਜੀ ਨਾ, ਹੈਵੀ ਦੁਪੱਟਾ ਨੰਬਰ 1 ਆਸ਼ੂ ਭਾਜੀ, ਜੋਤੀ ਜੀ ਕਹਿੰਦੇ। ਸਭ ਤੋਂ ਸਸਤੀ ਹੱਟੀ ਕਿਹੜੀ ਆ ਜੀ? ਤੁਸੀਂ ਨੀ ਬੋਲਣਾ, ਕਸਟਮਰ ਬੋਲਣਗੇ। ਸਭ ਤੋਂ ਸਸਤੀ ਹੱਟੀ ਕਿਹੜੀ ਆ ਕਈ ਦੱਸ ਦਿਓ ਯਾਰਾ, ਸਭ ਤੋਂ ਸਸਤੀ ਹੱਟੀ ਤੇ ਸਭ ਤੋਂ ਜ਼ਿਆਦਾ ਵਰਾਇਟੀ ਕਿੱਥੇ ਮਿਲਦੀ ਆ ਮਾੜਾ ਕਮੈਂਟ ਚ ਦੱਸ ਦਿਓ ਇੱਕ ਵਾਰੀ। ਲੋ ਜੀ ਆ ਗਿਆ ਸਾਈਜ਼ 46 46 ਇੰਚ, ਨਾਲ ਕਿਹੜਾ ਜੀ ਜਾਫਾ, ਫਰੰਟ ਐਂਡ ਬੈਕ ਸੇਮ, ਲੁੱਕ ਵਾਈਜ਼ ਜਿੱਦਾਂ ਫਰੰਟ ਉੱਤੇ ਸੇਮ ਬੈਕ। ਭਾਜੀ ਜਿਹਨੇ ਲਿਆਣਾ ਐਂਡ ਵੀਸ ਲਿਆ ਕੇ ਜਾਣਾ ਐਂਡ। ਸਭ ਤੋਂ ਸਸਤੀ ਹੱਟੀ ਕਿਹੜੀ ਆ ਜੀ ਤੇ ਸਭ ਤੋਂ ਜ਼ਿਆਦਾ ਵਰਾਇਟੀ ਕਿੱਥੇ ਮਿਲਦੀ ਦੱਸ ਦਿਓ ਮਾੜੇ ਆ। ਸਭ ਤੋਂ ਸਸਤੀ ਹੱਟੀ ਤੇ ਸਭ ਤੋਂ ਜ਼ਿਆਦਾ ਵਰਾਇਟੀ ਕਿੱਥੇ ਮਿਲਦੀ ਮਾੜਾ ਕਮੈਂਟਾਂ 'ਚ ਜ਼ਰੂਰ ਦੱਸ ਦਿਓ। ਆਓ ਇੱਕ ਜਣਾ ਭਾਈ, ਇੱਕ ਜਣਾ ਆ ਜਾਓ ਜਰਾ, ਆਰ ਨਾਨੀ ਭਾਈ ਫੜਿਓ ਫੋਨ ਕਰ ਲਓ। ਲਓ ਜੀ ਕਲਰ ਮੈਚਿੰਗ ਕਹਿੰਦੇ ਆਸ਼ੂ ਭਾਜੀ, ਵਾਓ ਕਹਿੰਦੇ ਪੀਸ ਸਾਈਜ਼ ਇੱਕ ਤੋਂ ਇੱਕ ਸੋਹਣੇ, ਸਾਈਜ਼ ਇੱਕ ਤੋਂ ਇੱਕ ਵਧੀਆ, ਡਿਜ਼ਾਈਨਿੰਗ ਨਵੀਂ ਨਵੀਂ ਕਲੈਕਸ਼ਨ ਕਿੱਥੋਂ ਮਿਲਦੀ ਆ ਡਿੰਪਲ ਭਾਈ? ਕਿੱਥੋਂ ਮਿਲਦੀ? ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਤੋਂ ਜੀ। ਲਓ ਜੀ ਕਲਰ ਦਿਖਾਓ ਭਾਜੀ ਇਹਦੇ, ਤੇ ਨਾਲੇ ਰੇਟ ਦੱਸਿਆ ਜਾਵੇ। 4 ਕਲਰ ਹੈ ਇਹਦੇ ਵਿੱਚ, 4 ਕਲਰ ਬਹੁਤ ਸੋਹਣੇ ਆ ਜੀ, ਜਾਮਨੀ ਕਲਰ, ਟਰਕਵਾਈਸ ਕਲਰ, ਬਲੈਕ ਕਲਰ ਔਰ ਰੈਡ ਕਲਰ ਜੀ। ਸਾਈਜ਼ ਹੈਗਾ 46। ਇਹਦਾ ਰੇਟ ਦੱਸਿਓ ਭਾਜੀ। ਰੇਟ ਭਾਜੀ ਨਾ 7 ਆ, ਨਾ 6 ਆ, ਨਾ 5 ਹਜ਼ਾਰ,
ਨਾ ਛੇ ਨਾ ਸੱਤ ਨਾ ਪੰਜ ਕਿੱਥੇ ਰਹਿ ਗਿਆ ਜੀ? ਉਨਤਾਲੀ ਸੋ ਨੱਬੇ ਲੋ ਜੀ, ਉਨਤਾਲੀ ਸੋ ਨੱਬੇ ਦੇ ਵਿਚ ਪੀਸ ਤੁਹਾਨੂੰ ਫੋਟੀ ਲੋ ਜੀ ਲੋ ਆ ਲੈ ਕੇ ਆਏ ਭਾਜੀ ਜੋੜੇ ਇੱਧਰ ਭਾਜੀ ਪੀਸ ਆਵਾਂਗੇ ਰੇਟ ਹੈਗਾ 28,500 ਬਿਲਕੁਲ ਹੈਗਾ ਜੀ ਤੇ ਆਪਾਂ ਤੁਹਾਨੂੰ ਹੁਣ ਦੇਣ ਜਾਣ ਡੇ ਆ 28,500 ਰੁਪਏ ਵਾਲਾ ਦੇਖੋ ਕਿੰਨੇ ਦਿੰਦੇ ਆਪਾਂ ਤੁਹਾਨੂੰ ਨਿੰਬੂ ਮਿਰਚਾਂ ਵੀ ਆ ਗਈਆਂ ਇਹਨੂੰ ਕਹਿੰਦੇ ਆ ਡਬਲੇ ਬਾਕੀ ਜੀ ਬਾਕੀ ਡਬਲੇ ਆਸ਼ੂ ਦੀ ਅੱਤੀ ਦੇ ਡਬਲੇ ਡਬਲੇ ਜੀ ਭਾਈ ਦੇਖੋ ਗਰਾਰਾ ਐਂਡ ਬਾਕੀ ਜੀ ਬਾਕੀ ਲੈ ਦੇ ਮੈਨੂੰ ਤੁਹਾਨੂੰ 17-18 ਹਜ਼ਾਰ ਕਿਤੇ ਮਿਲੇ ਨਾ ਲੈ ਲਈਓ ਮਿਸਰਾ ਕਰੀਓ ਢੇਰ ਵੀ ਪੁੱਛ ਲਈਓ 22,500 ਰੁਪਏ ਜੇ ਤੁਹਾਨੂੰ ਕਿਤੇ 17-18 ਹਜ਼ਾਰ ਕੋਲ ਦੇਵੇ ਤੇ ਮਿੰਟ ਲਈਓ ਲੈਣ ਲੱਗੇ ਇੱਕ ਮਿੰਟ ਪੈਸੇ ਸਾੜੀਆਂ ਵਾਲੀ ਨੈਟ ਜੀ ਸਾੜੀਆਂ ਵਾਲੀ ਨੈਟ ਸੋਫਟ ਇਹਨੂੰ ਕਹਿੰਦੇ ਦੁਪੱਟਾ ਉਧਰ ਦੇਖੋ ਸਲੀਵ ਦਾ ਵਰਕ ਆ ਨਵੀਂ ਚੀਜ਼ ਆ ਬਿਲਕੁਲ ਨਿਊ ਬਿਲਕੁਲ ਨਿਊ ਬਿਲਕੁਲ ਨਿਊ ਫੈਬਰਿਕ ਨਵਾਂ ਕਢਾਈਆਂ ਨਵੀਆਂ ਔਰ ਇੱਕ ਵੀ ਧਾਗਾ ਜੇ ਤੇ ਥਰੈਡ ਦਾ ਮਸ਼ੀਨੀ ਹੋਇਆ ਸੂਟ ਫ੍ਰੀ ਲਓ ਜੀ ਇਹ ਸਪੈਸ਼ਲ ਆਸ਼ੂ ਭਾਈ ਦੇ 22,500 ਰੁਪਏ ਪੀਸ 22,500 ਰੁਪਏ ਪੀਸ ਬਿਲਕੁਲ ਜੀ ਤੁਹਾਨੂੰ 17-18 ਹਜ਼ਾਰ ਕਿਤੇ ਮਿਲੇ ਤੇ ਮੇਰੇ ਵੱਲੋਂ ਲੈ ਲਿਓ ਲੈ ਲਓ ਜੀ ਤੇ ਆਪਾਂ ਤੁਹਾਨੂੰ ਕਿੰਨੇ ਦੇਣਾ ਇਹ ਲਾਲ ਬੜਨਾ ਵੀ ਆਪਾਂ ਕਿੰਨੇ ਦੇਣਾ ਕਿੰਨੇ ਦਾ ਭਾਜੀ ਆਪਾਂ ਤੁਹਾਨੂੰ 15,000 ਦਾ ਵੀ ਦੇਣਾ ਆਹ ਪੀਸ 15,000 ਦਾ ਵੀ ਦੇਣਾ 13,000 ਦਾ ਵੀ ਦੇਣਾ 10,000 ਦਾ ਵੀ ਦੇਣਾ ਭਾਜੀ ਕੀ ਕਰਦੇ ਹੋ 9,100 ਦਾ ਵੀ ਨੀ ਦੇਣਾ ਆਪਾਂ ਦੇਣਾ 9,490 ਲੋ ਜੀ 9,490 ਦੇ ਵਿਚ ਇੰਨਾ ਹੈਵੀ ਪੀਸ ਪੀਸ ਚੈੱਕ ਕਰ ਲੋ ਜੀ ਪੀਸ ਰੰਗ ਲਾਈਓ 5-6 ਰੰਗ ਆਏ ਬਣ ਗਏ ਭਾਜੀ ਕਲਰ ਐਂਡ ਗਰਾਤੀ ਕਲਰਾਂ ਨੇ ਆ ਰੰਗ ਕਿਤੇ ਲੱਭ ਜੂ ਨਹੀਂ ਲੱਭਣਾ ਭਾਜੀ ਇਹ ਬੰਗਾ ਰੋਡ ਤੇ ਲੱਭਣੇ ਰੰਗ ਕਾਫੀ ਕਲਰ ਬਣ ਗਿਆ ਪਹਿਲਾਂ ਵਾਈਨ ਦਾ ਬੜਾ ਵੇਚਦਾ ਭਾਜੀ ਕਲਰ ਓਏ ਹੋਏ 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 ਵਾਈਨ ਦੀ ਬੜਾ ਵੇਚਦਾ ਤੇ ਮਾਰਕੀਟ ਦੇ ਬੜਾ ਵੇਚਦਾ ਲੋ ਜੀ ਤੁਹਾਨੂੰ ਵਾਈਨ ਕਾਫੀ ਕਲਰ ਭਾਜੀ ਨਜ਼ਰ ਬੱਟੂ ਭੇਜਦੇ ਕਹਿੰਦੇ ਨਜ਼ਰ ਨਾ ਲੱਗੇ ਦਿਖਾਓ ਦਿਖਾਓ ਭਾਜੀ ਪੀਸ ਕੱਲਾ ਕੱਲਾ ਕਲਰ ਦਿਖਾਓ ਜੀ ਬੈਕ ਨੈਕ ਕਿੰਨਾ ਸੋਹਣਾ ਨੈਕਲੈਸ ਡਿਜ਼ਾਈਨ ਆ ਰੇਟ ਕਿੰਨਾ ਕੱਢਿਆ ਸਿਰਫ 9,190 ਇਹ ਕਿੱਥੋਂ ਲੱਭੇ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਤੋਂ ਜੀ ਲੋ ਜੀ ਸਪੈਸ਼ਲ ਸਾਰਾ ਦਬਕੇ ਦਾ ਕੰਮ ਕੀਤਾ ਹੈ ਮਿਰਰ ਲੱਗੇ ਤੇ ਦੂਜੀ ਗੱਲ ਪਲਸ ਲੱਗੇ ਹੋਏ ਜੀ ਭਾਜੀ ਇਹ 9,490 ਦੇ ਰਹੇ ਨੈਟ ਦਾ ਦੁਪੱਟਾ ਹਾਂਜੀ ਮੈਂ ਦੇ ਰਿਹਾ ਚਨੋਨ ਦਾ ਦੁਪੱਟਾ ਲੋ ਜੀ ਦੋ ਦੁਪੱਟੇ ਆਂਦੇ ਆ ਜੀ ਇੱਕ ਆਂਦਾ ਨੈਟ ਦਾ ਦੁਪੱਟਾ ਸਪੈਸ਼ਲ ਇੱਕ ਦੁਪੱਟਾ ਆਂਦਾ ਜੀ ਚਨੋਨ ਦਾ ਵੱਡੇ ਬਣੇ ਦਾ ਲੋ ਜੀ ਚਨੋਨ ਵੀ ਕਿਹੜੀ ਕਮਲ ਚਨੋਨ ਹਾਂਜੀ ਜਿਹਦਾ ਅਣਸੀ ਸੂਟਾਂ ਨਾਲ ਦੁਪੱਟੇ ਆਂਦੇ ਆ ਬਿਲਕੁਲ ਜੀ ਬਿਲਕੁਲ ਵੱਡੇ ਭਾਜੀ ਪੱਟੀਆਂ ਨਹੀਂ ਲਵਾਈਦੀਆਂ ਹੈਂਡ ਵਰਕ ਕਰਾਈਦਾ ਹੈਂਡ ਵਰਕ ਲੋ ਜੀ ਆ ਕੰਮ ਕੀਤਾ ਆ ਸਾਰਾ ਚੁੰਨੀ ਦੇ ਬਾਰਡਰ ਪੂਰਾ ਹੈਵੀ ਲੁੱਕ ਜੀ ਪੂਰੀ ਪੈਟਰੋਲ ਦੀ ਮਹਿਕ ਮਹਿਕ ਦੀ ਆ ਮਹਿਕ ਦੀ ਰੰਗ ਭਾਜੀ ਵਾਲੇ ਇਹਨਾਂ ਨੇ ਖੋਲੇ ਸਿਰਫ 3
ਲੋ ਜੀ ਆ ਭਾਜੀ ਨੇ ਪੀ ਚੱਕਿਆ, ਚੈੱਕ ਕੀਤਾ ਹੈ ਜੀ, ਖੁਦ ਆਪ ਚੱਕ ਕੇ। ਰੇਟ ਕਿੰਨਾ ਕੱਢਿਆ? ਕੋਈ 28,000 ਰੁਪਏ ਵਾਲਾ ਪੀਸ ਤੁਹਾਨੂੰ ਹਾਫ ਰੇਟ ਤੇ ਮਿਲਣ ਲੱਗਾ ਆ, ਹਾਫ ਨਾਲ ਵੀ ਸਸਤਾ ਬਿਲਕੁਲ ਪੈ ਗਿਆ ਜੀ। ਜੇ ਤੁਹਾਨੂੰ ਇਹ ਕਿਤੇ 12-14,000 ਰੁਪਏ ਦਾ 15,000 ਦਾ ਮਿਲਦਾ ਨਾ, ਲੈ ਲਈਓ ਆਹ ਵਾਲਾ ਪੀਸ ਦਾ ਪੀਸ ਚੈੱਕ ਕਰਕੇ ਦੇਖ ਲਓ ਪੂਰਾ। 14-15,000 ਤੋਂ ਉੱਪਰ ਦਾ ਮੈਂ ਫੇਰ ਹਾਫ ਛੁੱਟ ਲਿਆ ਜੀ। ਇੱਥੇ ਕਿੰਨਾ ਹੈਵੀ ਲੁੱਕ? ਸਿਰਫ 9,990 ਰੁਪਏ ਦੇ ਵਿੱਚ। ਇੰਨਾ ਹੈਵੀ ਪੀਸ ਕਿੱਥੋਂ ਮਿਲਣਾ? ਸਿਰਫ ਆਸ਼ੂ ਦੀ ਹੱਟੀ ਫਗਵਾੜਾ ਬੰਗਾ ਰੋਡ ਤੋਂ। ਬਾਜੂ ਦੇਖੋ ਭਾਜੀ, ਲੋ ਜੀ ਡਿਜ਼ਾਈਨਰ ਬਾਜੂ ਆ ਜੀ, ਡਿਜ਼ਾਈਨਰ ਬਾਜੂ। ਬੈਕ ਸਾਈਡ ਦੇਖਿਓ ਭਾਜੀ, ਨੈਕ ਪੂਰਾ ਹੈਵੀ ਕੰਮ ਆ ਜੀ, ਬੜਾ ਜਿਹਾ ਵੀ ਕੰਮ। ਇਹਦੇ ਵਿੱਚ ਮਸ਼ੀਨੀ ਜਾਂ ਕੰਪਿਊਟਰ ਦਾ ਕੰਮ ਨਹੀਂ ਹੈਗਾ। ਇੱਥੇ ਦੋ ਤਰ੍ਹਾਂ ਆਉਂਦਾ, ਚਨੋਨ ਦੁਪੱਟਾ ਵੀ ਆਉਂਦਾ, ਨੈਟ ਦੁਪੱਟਾ ਵੀ ਆਉਂਦਾ ਜੀ। ਦੁਪੱਟਾ ਚਨੋਨ ਦਾ, ਕਮਲ ਦਾ, ਇੱਕ ਰੰਗ ਹੋ ਗਿਆ ਜੀ। ਹਾਂਜੀ ਭਾਜੀ, ਰੰਗ ਪੂਰੇ ਖਾ ਲਓ। ਲਓ ਜੀ ਇੱਕ ਕਲਰ, ਅੱਜ ਦਿਨ ਹੈਗਾ ਜੀ ਆਫਰ ਡੇ ਦਾ। ਲੋ ਜੀ ਗੁਲਾਬ ਦੇ ਫੁੱਲ ਭੇਜਤੇ ਆਸ਼ੂ ਭਾਜੀ ਤੁਹਾਡੇ ਵਾਸਤੇ, ਕਹਿੰਦੇ ਬਾਕੀ ਬਹੁਤ ਸੋਹਣੀਆਂ ਆਈਟਮਾਂ ਲਿਆਂਦੀਆਂ। 290 ਬਲੈਕ, ਇਹਨੂੰ ਕਹਿੰਦੇ ਬਲੈਕ ਪੀਸ ਹੁੰਦੀ ਹੈ ਜੀ, ਬਲੈਕ ਦੀ ਬਲੈਕ। ਲਓ ਜੀ ਕਲਰ ਤੁਹਾਨੂੰ ਨੇਵੀ ਬਲੂ ਵੀ ਦਿਖਾਉਂਦੇ, ਸਪੈਸ਼ਲ ਕਸਟਮਰ ਦੀ ਡਿਮਾਂਡ ਹੁੰਦੀ ਨੇਵੀ ਕਲਰ ਦੇਖਣਾ ਜੀ, ਨੇਵੀ। ਸਪੈਸ਼ਲ ਕਲਰ ਦੀ ਚੋਇਸ ਕਿਹੜੀ ਜੀ? ਨੇਵੀ ਕਲਰ ਦੀ, ਬਹੁਤ ਘੱਟ ਮਿਲਦਾ ਸਾਡੇ ਕੋਲ। ਐਨੀ ਟਾਈਮ ਆ ਕੇ ਨੇਵੀ ਕਲਰ ਦਾ ਪੀਸ ਜਿੱਦਾਂ ਦਾ ਮਰਜ਼ੀ ਲੈ ਲਓ ਜੀ। ਬਾਕੀ ਜੀ ਬਾਕੀ ਲੋ ਜੀ, ਕ੍ਰੋਸਿੰਗ ਦੇ ਵਿੱਚ ਸਾਡੇ ਸੁਪਰ ਹਿੱਟ ਡਿਜ਼ਾਈਨ, ਹਰ ਵਾਰੀ ਵਰਾਇਟੀ ਇਹਦੇ ਵਿੱਚ ਨਵੀਂ ਤੋਂ ਨਵੀਂ ਆਉਂਦੀ ਜੀ। ਤੇ ਭਾਜੀ 46 ਸੈ ਤਿਆਰ ਆ, ਇਹ 46 ਸੈਜ ਆਲਾ ਭਾਜੀ। ਹਾਂਜੀ ਠੀਕ ਹੈ ਜੀ। ਰੇਟ ਭਾਜੀ ਇਹਦਾ ਤਿਆਰ? ਥੱਲੇ ਭਾਜੀ ਸ਼ਰਾਰਾ ਦਿਖਾਵਾਂ ਮੈਂ? ਸਭ ਕੁਝ ਦਿਖਾਓ ਭਾਜੀ, ਸਭ ਕੁਝ ਸ਼ਰਾਰਾ, ਪੂਰਾ ਹੈਵੀ ਸ਼ਰਾਰਾ, ਹੈਂਡ ਵਰਕ ਦਾ। ਬਾਕੀ ਜੀ ਬਾਕੀ ਆ ਪੀਸ ਲਾ ਇਤਰਾ, ਤੇ ਰੇਟ ਬੜਾ ਸੋਹਣਾ ਆਇਆ ਦਾ ਭਾਜੀ। ਕੀ ਕੱਢਿਆ ਜੀ ਰੇਟ? ਭਾਜੀ 12,500 ਵਾਲਾ ਪੀਸ ਹੈਗਾ ਹੈਗਾ ਜੀ। ਉਸ ਤੋਂ ਬਾਅਦ ਅਸੀਂ ਰੇਟ ਘਟਾ ਕੇ ਵੇਚਿਆ ਕਰਤਾ 9,000। ਅੱਛਾ ਜੀ, ਅੱਜ ਦਾ ਰੇਟ ਪਤਾ ਕਿੰਨਾ ਦਾ? ਕਿੰਨਾ ਜੀ? 5,795। ਲੋ ਜੀ 5,795। ਮੇਰੀ ਗੱਲ ਸੁਣ ਲਈਓ, ਜੇ ਕੋਈ ਤੁਹਾਨੂੰ 6,500 ਦੇ ਵਿੱਚ ਆਹ ਸੂਟ ਦਾ ਵਰਕ ਕੱਢ ਦੇਵੇ, ਕੋਈ ਹੈਂਡ ਵਰਕ ਦਾ, ਕੱਪੜਾ ਮੇਰਾ, ਮਟੀਰੀਅਲ ਮੇਰਾ, ਜੇ ਕੋਈ 6,500 ਦੇ ਵਿੱਚ ਕਢਾਈ ਕੱਢ ਦੇਵੇ ਤੇ ਮੇਰੇ ਵੱਲੋਂ 5 ਸੂਟ ਫ੍ਰੀ ਆ। ਲੋ ਜੀ ਆਲਾ ਕੰਮ ਆ ਜੀ, ਆਲਾ ਕੰਮ, 6,500 ਦੇ ਵਿੱਚ ਵੀ ਤੁਹਾਨੂੰ ਕਢਾਈ ਨਹੀਂ ਕਿਸੇ ਨੇ ਕੱਢ ਕੇ ਦੇਣੀ ਆਲੀ, ਫਿਰ ਰੈਡੀਮੇਡ ਪੀਸ ਆ ਜੀ ਇਹ। ਬਿਲਕੁਲ ਬਿਲਕੁਲ ਜੀ, ਆ ਨਾਲ ਆਇਆ ਸ਼ਰਾਰਾ। ਲੋ ਜੀ ਕਲਰ ਬੜੇ ਸੋਹਣੇ ਆਏ ਇਹਦੇ ਵਿੱਚ ਕਲਰ। ਲੋ ਜੀ ਕਲਰ ਆਇਆ ਇੱਕ ਯੈਲੋ, ਜਾਮਨੀ ਕਲਰ, ਫਰੋਜੀ ਸ਼ੇਡ, ਆ ਤਿੰਨ ਕਲਰ ਆ ਜੀ ਇਹਦੇ। ਇੱਕ ਡਿਜ਼ਾਈਨ ਹੋਰ ਆਇਆ ਸੀ ਇਹਦੇ ਵਿੱਚ ਭਾਜੀ, ਤਿੰਨ ਰੰਗ ਆਏ ਜੀ। ਦਿਖਾਓ ਇੱਧਰ, ਲਿਆਓ ਜੀ ਕੰਟਰਾਸਟ ਦੇ ਵਿੱਚ। ਇਹ ਭਾਜੀ ਲਹਿੰਗਾ ਆ, ਕੀ ਆ ਜੀ ਇਹ? ਲੋ ਜੀ ਇਹਨੂੰ ਸਟੇਟ ਪਲਾਜੋ ਕਹਿੰਦੇ। ਇਹਦੇ ਵਿੱਚ ਤੁਹਾਨੂੰ ਸਭ ਤੋਂ ਵੱਡੀ ਪਹਿਲਾਂ ਇੱਕ ਆਪਾਂ ਸਟਿੱਕਰ ਦਿਖਾਉਣਾ, ਸਟਿੱਕਰ ਦੇ ਉੱਤੇ ਦੇਖਿਓ ਕੀ ਲਿਖਿਆ, 3XL। ਕਿਹੜਾ ਐਕਸਲ ਜੀ? 3XL। ਇਹ ਲਿਖਿਆ ਨੀ ਹੈਗਾ, ਸਾਈਜ਼ ਵੀ ਏਡਾ ਵੱਡਾ ਹੈ ਜੀ ਇਹ ਸਪੈਸ਼ਲ। ਆ ਦੇਖਿਓ ਜੀ ਇਹਨੂੰ ਕਹਿੰਦੇ 3XL, 60 ਸਾਈਜ਼ ਹੈ ਜੀ, 60 ਦਾ ਵੀ 62 ਹੋ ਜਾਣਾ ਸਾਈਜ਼। ਕਿੰਨਾ ਹੈ ਜੀ? 3XL। ਭਾਜੀ ਕਲਰ ਦਿਖਾਈਓ, ਇਹਦੇ ਕਿਹੜੇ ਕਿਹੜੇ ਆ? ਇੱਕ ਦੋ ਕਲਰ ਜੀ ਮੈਚਿੰਗ, ਤਿੰਨ ਮੈਚਿੰਗ, ਚੌਥੀ ਮੈਚਿੰਗ ਭਾਜੀ। ਰੇਂਜ
ਇੰਨਾ ਹੀ ਰੇਂਜ ਕਿੰਨੀ ਗੱਡੀ ਭਾਜੀ ਇਹਨਾਂ ਦੀ? ਰੇਂਜ ਇਹਦੀ ਭਾਜੀ ਹੈਗੀ ਆ 3690 ਰੁਪਏ ਦਾ ਜੀ। ਇੰਨਾ ਵੱਡਾ ਪੀਸ, ਇੰਨਾ ਹੈਵੀ ਪੀਸ 3690 ਚ ਕਮਾਲ ਗੱਡੀ ਹੋਈ ਆ, ਕਮਾਲ। ਬਾਕੀ ਗੱਲ ਸਹੀ ਆਸ਼ੂ ਭਾਜੀ, ਆ ਤੇ ਸਾਈ ਵੱਲੋਂ ਔਰ ਕਢਾਈਆਂ ਵੱਲੋਂ ਚਾਰ ਕਲਰ ਆ ਜੀ 3690। ਬੜੀ ਡਿਮਾਂਡ ਸੀ ਹੈਲਦੀ ਸਾਈਜ਼ ਦੀ, ਕਹਿੰਦੇ 50 ਸਾਈ ਬਣਾ ਕੇ ਦਿਓ, 52 ਸਾਈ 52 ਬਣਾ ਕੇ ਦਿਓ। ਲੋ ਜੀ ਪੀਸ ਨਿਕਲਿਆ, ਇੱਕ ਮੋਰ ਪੰਕਿਆ ਫਰੋਜੀ ਸ਼ੇਡ ਕ੍ਰੋਸਿੰਗ ਕਲਰ, ਸਾਈਜ਼ ਕਿੰਨਾ ਜੀ? 54 46 ਸਾਈਜ਼ ਹੈ ਜੀ, 54 ਸਾਈਜ਼ ਪਹਿਲਾਂ ਤੁਹਾਡੇ ਮੋਹਰੇ ਖੁੱਲ੍ਹੇ, 46 ਸਾਈਜ਼ ਕਹਿੰਦੇ ਆਸ਼ੂ ਭਾਜੀ। ਵਾਓ, ਇੱਕ ਕਲਰ, ਦੋ ਕਲਰ, ਦੋ ਜੀ, ਇੱਕ ਦੋ ਕਲਰ, ਆ ਤਿੰਨ ਆ ਗਏ ਜੀ, ਚੌਥਾ ਜੀ ਸਾਜਨ ਕਲਰ, ਲੋ ਜੀ ਭਾਜੀ ਕਹਿੰਦੇ ਜੀ 6500 ਰੁਪਏ ਦੇ ਵਿੱਚ ਵੀ ਇਹ ਕਢਾਈਆਂ ਨੀ ਕੋਈ ਕਰਾ ਸਕਦਾ, ਆਪਾਂ ਤੁਹਾਨੂੰ 5790 ਰੁਪਏ ਦਾ ਤੁਹਾਨੂੰ ਆਪਣਾ ਪੀਸ ਦਿੱਤਾ ਜਾਂਦਾ ਰੈਡੀਮੇਡ। ਚਾਰ ਫਰੋਜੀ ਔਰੇਂਜ ਮਜੈਂਟਾ ਤੇ ਆਹ ਵਾਲਾ ਕਲਰ, ਲੋ ਜੀ ਇੱਕ ਕਲਰ ਜੀ, ਆਹ ਦੋ ਕਲਰ, ਆਹ ਤੀਜਾ ਕਲਰ ਜੀ, ਲੋ ਜੀ ਚੌਥਾ ਕਲਰ, ਲੋ ਜੀ ਕੰਮ ਤੁਹਾਨੂੰ ਦੁਕਾਨੇ ਆ ਸਾਰਾ ਸ਼ਰਾਰੇ ਦੇ ਕੰਮ ਕੀਤਾ ਹੋਇਆ, ਨਵਾਂ ਹੀ ਵਰਕ ਆਇਆ ਜੀ, ਫਰੰਟ ਐਂਡ ਬੈਕ ਕਰੋ ਨਾਸ਼ਤਾ, ਕੀ ਕਹਿੰਦੇ ਇਹਨੂੰ? ਬਾਅਦ ਪਾਉਣ ਤੋਂ ਬਾਅਦ ਕਰਨਾ ਨਾਸ਼ਤਾ। ਲੋ ਜੀ ਦੀਵਾਲੀ ਆ ਗਈ ਆਸ਼ੂ ਭਾਜੀ, ਤੁਹਾਡੇ ਲਈ ਤਾਂ ਦੀਵੇ ਜਾਗ ਗਏ, ਇਹਨੂੰ ਕੀ ਕਹਿੰਦੇ ਆ? ਆਫਤਾ, ਇਹਨੂੰ ਪਾਉਣ ਤੋਂ ਬਾਅਦ ਕਰਨਾ ਨਾਸ਼ਤਾ। ਲੋ ਜੀ ਇੰਨੇ ਸੋਹਣੇ ਸੋਹਣੇ ਪੀਸ, ਜਿੱਦਾਂ ਫਰੰਟ ਬਣੀ ਉਦਾਂ ਹੀ ਆਈ ਇਹਦੀ ਸੇਮ ਬੈਕ, ਤੇ ਰੇਟ 13600 ਰੁਪਏ ਵਾਲਾ ਪੀਸ ਬਾਕੀ ਹੈਗਾ ਜੀ, ਸਿੱਧਾ ਹੀ ਅੜਾਵੀਓ 10000। ਅੱਛਾ ਜੀ, ਗਾ ਕਹਿੰਦੇ ਲੈਸ ਕਰਾਣੀ ਆ, 13000 ਰੁਪਏ ਵਾਲਾ ਪੀਸ 10000 ਲੈਸ ਕਰਾਂਗੇ ਆਫਤੇ ਦੇ ਵਿੱਚ। ਇਹਦਾ ਦੁਪੱਟਾ ਕਿੱਥੇ ਆ? ਦੁਪੱਟੇ ਖੋਲੋ ਪਹਿਲਾਂ, ਦੁਪੱਟੇ ਚੈੱਕ ਕਰਾਓ ਭਾਜੀ ਇਹਨਾਂ ਦੇ। 13690 ਰੁਪਏ ਵਾਲਾ ਪੀਸ 10000 ਲੈਸ ਕਰ ਲੋ, 3690 ਜੀ। ਇਹਨੂੰ ਪਾਉਣ ਤੋਂ ਬਾਅਦ ਕਰਨਾ ਫਰੰਟ ਐਂਡ ਬੈਕ, ਇੱਕ ਕਲਰ ਜੀ, ਪੀਸ ਆ ਗਿਆ ਦੋ ਪੀਸ, ਸਾਡੇ ਨਾਲ ਵੀ ਕਰੋ ਰਾਬਤਾ। ਲੋ ਜੀ ਕ੍ਰੋਸਿੰਗ ਮਟੀਰੀਅਲ ਆ ਰਹੇ, ਕ੍ਰੋਸਿੰਗ ਸ਼ੇਡ ਓਰੀਜਨਲ ਮਿਰਰ ਦੇ ਵਿੱਚ, ਮੈਂ ਕਿਹਾ ਕੰਮ ਦੇਖੋ ਸਾਰਾ ਟੋਟਲੀ ਹੈਂਡ ਦਾ ਕੰਮ ਹੈ ਜੀ, ਹੈਂਡ ਦਾ, ਕੋਈ ਮਸ਼ੀਨੀ ਕੰਮ ਨਹੀਂ ਹੈਗਾ ਭਾਜੀ, ਸਾਰਾ ਟੋਟਲੀ ਹੈਂਡ ਦਾ ਕੰਮ ਹੈ ਜੀ, ਹੈਂਡ ਦਾ, ਰੰਗ ਦੇਖੋ ਪਿਓਰ ਦੇ, ਮੈਂ ਕਿਹਾ ਭਾਜੀ ਐਂਡ ਕਰਾਤੀ ਕਲਰਾਂ ਨੇ ਹੈਂਗਿੰਗ ਕਰਾਵਾਂਗੇ ਜਦ। ਲੋ ਜੀ ਕਲਰ ਚਾਰ ਸ਼ੇਡ ਆਏ ਜੀ ਇਹਦੇ ਵਿੱਚ ਬਣ ਕੇ, ਆ ਵੀ ਕਲਰ ਨਵਾਂ ਬਣ ਕੇ ਆ ਜੀ, ਨਵਾਂ ਸ਼ੇਡ ਕ੍ਰੋਸਿੰਗ ਕਲਰ, ਸਾਰੇ ਕ੍ਰੋਸਿੰਗ ਸ਼ੇਡ ਮਾਰੇ, ਕਰੋ ਰੇਟ ਮੈਨੂੰ ਦੱਸੋ ਰੇਟ, ਇਹਨਾਂ ਨੇ ਕਰਾ ਰਾਫਤਾ, ਇਹਨਾਂ ਨੂੰ ਕੀ ਕਹਿੰਦੇ ਆ? ਰਾਫਤਾ, ਪਹਿਲਾਂ ਦਿਖਾਈ ਤੁਹਾਨੂੰ ਆਫਤਾ, ਹੁਣ ਦਿਖਾਤੀ ਰਾਫਤਾ ਜੀ, ਲਓ ਜੀ ਭਾਜੀ ਹੈਂਡਮੇਡ ਹੈ ਸਾਰਾ ਹੀ, ਬਾਕੀ ਹੈ ਜੀ, ਬਾਕੀ ਹੈਂਡਮੇਡ ਹੈ ਜੀ, ਕਿੰਨੇ ਦਾ ਮਿਲਣਾ? ਅਗਲਾ ਕਹਿੰਦਾ ਕਹਿੰਦੇ ਜੀ 12500, ਬੜੇ ਢਿੱਲੇ ਜਿਹੇ ਮੂੰਹ ਨਾਲ ਕਹਿੰਦੇ, ਸਿਰਫ ਸਿਰਫ ਕਿੰਨੇ ਦਾ?
ਜਿਹੜਾ ਤੁਹਾਡਾ ਬੈਨੀਫਿਟ ਆ ਉਹ ਵੀ ਤੁਹਾਨੂੰ ਕਿੰਨੇ ਦਾ? 5590 ਰੁਪਏ ਦਾ ਲਓ ਜੀ। ਤੇ ਜੇ ਤੁਹਾਨੂੰ ਕਿਤੇ ਇਹ 8-9 ਹਜ਼ਾਰ ਦਾ ਕਿਤੇ ਮੇਰੇ ਮਿੰਟ ਲਾਈਓ ਲੈਣ ਲੱਗੇ ਮਿੰਟ ਲੈ ਲਈਓ ਇੱਥੇ 5500 ਦਾ, ਜੇ ਤੈਨੂੰ 8000 ਦਾ ਕਿਤੇ ਮੇਰੇ ਤੇ ਮੇਰੇ ਵੱਲੋਂ ਜੀ ਸਰ ਕੇ ਇੱਥੋਂ ਲੈ ਲਓ। ਜੇ 8000 ਤੋਂ ਵੱਧ ਮਿਲੇ ਫਿਰ ਸਾਡੇ ਕੋਲ ਆ ਜਾਓ, 2500 ਰੁਪਏ ਸਾਡਾ ਸਿੱਧਾ ਹੀ ਫਾਇਦਾ ਹੈ, ਸੂਟ ਮਤਲਬ ਬਿਲਕੁਲ ਫਾਇਦਾ ਹੈ ਜੀ, ਸੂਟ ਹੀ ਬੈਨੀਫਿਟ ਹੋ ਰਿਹਾ। ਇੱਥੇ 5500 ਰੁਪਈਆ ਇੱਕ ਸੂਟ 'ਚ 2500 ਬਚ ਗਿਆ, ਬਾਕੀ ਕਿੰਨੀ ਸ਼ੋਪਿੰਗ ਕਰਨੀ, ਕਿੰਨੀ ਸ਼ੋਪਿੰਗ ਕਰਨੀ। ਤਿੰਨ ਭੈਣਾਂ ਹੋਣ ਤਾਂ 7500 ਰੁਪਈਆ ਬਚ ਗਿਆ, ਬਚ ਗਿਆ ਸਿੱਧਾ ਹੀ, ਫਿਰ 7500 ਬਚਿਆ। ਏਦਾਂ ਦੇ 1-2 ਸੂਟ ਹੋਰ ਨਾਲ ਫ੍ਰੀ ਆ ਜਾਣੇ। ਬਿਲਕੁਲ ਜੀ, ਇਹ ਆਸ਼ੂ ਦੀ ਹੱਟੀ ਆ, ਬੜੇ ਪੋਲੇ ਜਿਹੇ ਮੂਨਾ ਕਹਿੰਦੇ ਆ। 12000 ਰੰਗ ਪਰਪਲ, ਇੱਕ ਯੈਲੋ ਆ ਗਿਆ ਜੀ, ਦੂਸਰਾ ਕਲਰ ਆ ਗਿਆ, ਤੀਸਰਾ ਕਲਰ ਜੀ, ਲਓ ਜੀ ਚੌਥਾ ਕਲਰ ਵੀ, ਚੌਥਾ ਕਲਰ ਚਾਰ ਸ਼ੇਡ ਸੀ ਜੀ। ਇੱਕ ਆ ਆਇਆ ਜੀ, ਪਹਿਲਾਂ ਆਏ ਸੀ ਜੀ ਇਹਦੇ ਵਿੱਚ ਕੰਟਰਾਸਟ ਦੇ ਵਿੱਚ। ਭਾਜੀ ਸਹਿਜ, ਭਾਜੀ ਸਹਿਜ, ਸਾਈ ਵੱਲੋਂ ਤਾਂ ਐਂਡ ਕਰਾਤੀ ਹੋਈ। 26-52 ਲੋ ਜੀ, 26-52 ਸਾਰਾ ਹੈਂਡ ਦਾ ਕੰਮ ਬਣਿਆ ਜੀ, ਹੈਂਡ ਦਾ ਕੰਮ ਆ ਜੀ, ਮਿਡਲ ਦੇ ਵਿੱਚ। ਇਹ ਸੂਟ ਦੇਖ ਕੇ ਸਾਰੇ ਪੁੱਛਣਗੇ ਆਸ਼ੀ ਦੀ ਹੱਟੀ ਦਾ ਰਾਸਤਾ। ਭਾਜੀ ਜਿੱਦਾਂ ਦੇ ਸਾਈਜ਼ ਆ ਬਾਕੀ ਰਾਸਤਾ ਪੁੱਛਦੇ ਆ ਜੀ, ਕਰਨਗੇ ਰਾਸਤਾ ਫੇਰ ਪੁੱਛਣਗੇ ਰਾਸਤਾ। ਲੋ ਜੀ ਕਲਰ 1-1 ਸੋਹਣੇ ਕਲਰ ਜੀ, ਕਲਰ 1-2 ਆ, 3 ਕਲਰ ਖੁੱਲਣ ਲੱਗੇ, ਤਿੰਨਾਂ ਦੇ ਜਾਫੇ ਬਣੇ ਹੋਏ ਜੀ, ਸ਼ਰਾਰੇ ਨਾਲ ਦੁਪੱਟੇ ਪੂਰੇ ਹੈਵੀ ਲੁੱਕ, ਕੋਈ ਦੁਪੱਟਾ ਹੀ ਨਹੀਂ ਹੈਗਾ, ਪਲੇਨ ਆ ਜੀ। ਕਿੰਨੇ ਦਾ ਪੈ ਰਿਹਾ ਭਾਜੀ ਪੀਸ? 6090 ਜੀ। ਲੋ 6090 ਦੇ ਵਿੱਚ ਪੂਰਾ ਹੈਵੀ ਲੁੱਕ ਪੀਸ, ਪੂਰਾ ਹੈਂਡ ਵਰਕ, ਬਾਕੀ ਹੈਂਡ ਆ ਜੀ। ਦੇਖ ਲੋ ਭਾਜੀ, ਇੱਕ ਬਲੂ ਕਲਰ, ਵਾਈਨ ਕਲਰ ਤੇ ਮੂੰਗੀਆ ਕਲਰ ਜੀ, ਸਿਰਫ 14190 ਰੁਪਏ ਦਾ। ਲੋ ਜੀ ਤੁਹਾਡੇ ਲਈ, ਤੁਹਾਡੇ ਲਈ ਜੀ। ਦੀਦੀ ਕਿੱਥੋਂ ਆਈ ਹੈ? ਨਵੇਂ ਸ਼ਹਿਰ ਤੋਂ। ਦੀਦੀ ਨੇ ਸੂਟ ਲੈਣਾ ਆਪਣੀ ਗੁੜੀਆ ਲਈ। ਉਦਾਂ ਭਾਜੀ ਚਲੋ ਇੱਕ ਗੱਲ ਮੰਨਦੇ ਆ, ਭੈਣੋਂ ਨੇ ਤਾਂ ਹੈਗੇ ਆਪਣੇ ਨਵੇਂ ਸ਼ਹਿਰ ਦੇ ਆ, ਤੇ ਨਵੇਂ ਸ਼ਹਿਰ ਦਾ ਬੰਗਿਆਂ ਦਾ ਕੋਨਾ ਕੋਨਾ, ਚੱਪਾ ਚੱਪਾ, ਮੱਲਾ ਮੱਲਾ, ਗਲੀ ਗਲੀ, ਮਾਲਪੁਰ ਹੋ ਗਿਆ ਸਾਰਾ ਏਰੀਆ, ਚੰਡੀਗੜ੍ਹ ਤੱਕ ਏਰੀਆ ਭਾਜੀ ਇੱਧਰ ਆਉਂਦਾ ਜੀ। ਆਹ ਵਾਲਾ ਦੀਦੀ ਆਈ ਨਵਾਂ ਸ਼ਹਿਰ ਤੋਂ, ਠੀਕ ਹੈ ਜੀ। ਆਸ਼ੂ ਭਾਜੀ ਆਹ ਸੂਟ ਲੈਣਾ ਗੁੜੀਆ ਵਾਸਤੇ, ਠੀਕ ਹੈ ਜੀ। ਕਿੰਨੇ ਦਾ? ਆਸ਼ੂ ਭਾਜੀ ਨੇ ਬੜੇ ਪੋਲੇ ਮੂੰਹ ਨਾਲ ਕਹਿਤਾ, ਸਿਰਫ ਦੀਦੀ ਤੁਹਾਡੇ ਲਈ 14000 ਰੁਪਏ ਦਾ, ਠੀਕ ਹੈ ਜੀ। ਦੀਦੀ ਕਹਿੰਦੇ 14000 ਰੁਪਏ ਆਸ਼ੂ ਜ਼ਿਆਦਾ ਵਾ, ਥੋੜਾ ਘਟਾ। ਮੈਂ ਕਿਹਾ ਦੀਦੀ ਸਾਡਾ ਰੇਟ ਸਹੀ ਹੁੰਦਾ, ਅਸੀਂ 4000 ਤੋਂ ਘੱਟ ਕਿੱਦਾਂ ਕਰ ਲਈਏ?
ਬਈ ਨਹੀਂ ਹੋਣਾ 14,000 ਹੀ ਲੈਣਾ ਕਿ ਘੱਟ ਵਾ ਤਾਂ ਕਰੀ ਨਹੀਂ ਇੱਥੇ ਘੱਟ ਵਾ ਤਾਂ ਕਰੀਦਾ ਨਹੀਂ ਦੀਦੀ ਕਹਿੰਦੇ ਨਹੀਂ ਬਈ ਅਸੀਂ ਸਾਡੇ ਪੁਰਾਣੇ ਗਾਹਕ ਆ ਰੋਜ਼ ਆਉਂਦੇ ਹਾਂ ਬਈ ਤੁਸੀਂ ਘਟਾ ਕੇ ਲਾਓ ਚਲੋ ਠੀਕ ਹੈ ਜੀ ਤੁਸੀਂ ਦੱਸ ਦਿਓ ਕਿੰਨਾ ਲਾ ਦੇਈਏ ਭੈਣ ਕਹਿੰਦੀ ਲਾ ਦੇ ਤੂੰ ਇਹਦਾ 13,000 ਰੁਪਇਆ ਚਲੋ ਇਸੇ ਤੇ 1,000 ਘੱਟ ਗਿਆ ਉਹ ਚਲੋ ਮੈਂ ਮੰਨ ਗਿਆ ਮੈਂ ਕਿਹਾ 13,000 ਚ ਦੇ ਦਿਓ ਨਾਲ ਹਸਬੈਂਡ ਵੀ ਆਏ ਹੋਏ ਆ ਬਿਲਕੁਲ ਬਿਲਕੁਲ ਕਹਿੰਦੇ ਨਹੀਂ ਨਹੀਂ 13,000 ਤਾਂ ਬਹੁਤ ਜ਼ਿਆਦਾ ਵਾ ਵੀ ਹੋਰ ਘੱਟ ਕਰ ਬਿਲਕੁਲ ਸਹੀ ਕਹਿੰਦਾ ਭਾਈ ਕਿੰਨਾ ਘਟਾ ਦਈਏ 14,000 ਸੀਗਾ ਦੀਦੀ 13,000 ਦਿੰਦੇ ਆਪਾਂ ਮੰਨ ਗਏ ਕਹਿੰਦੇ ਨਹੀਂ ਅਸੀਂ ਤਾਂ ਦੇਣਾ ਹੈਗਾ ਸਿੱਧਾ ਤੈਨੂੰ 10,000 ਰੁਪਇਆ ਉਹ ਮੈਂ ਕਿਹਾ ਜਾਣ ਦਿਓ ਜਨਾਬ ਸਿੱਧੇ 4,000 ਘੱਟ ਕਰੂੰਗੇ ਕਹਿੰਦੇ ਨਹੀਂ ਨਹੀਂ ਫੜੋ ਆ ਫੜੋ ਗਿਣੇ ਪੈਸੇ ਆ ਲਓ ਫੜੋ 10,000 ਰੁਪਇਆ ਪੈਕ ਕਰੋ ਮਗਰ ਆਪਾਂ ਉਹ ਕੰਮ ਨਹੀਂ ਕਰਨਾ ਆਪਾਂ ਕਿੰਨੇ ਦੇਣਾ ਇਹ ਕਿੰਨੇ ਦਾ ਭਾਜੀ ਆਪਾਂ ਦੇਣਾ ਸਿੱਧਾ ਹੀ ਤੁਹਾਨੂੰ 14,190 ਵਾਲਾ ਛੱਡ ਕੇ 4,090 ਰੁਪਏ ਦਾ ਆ ਪੀਸ 10,000 ਘਟਾਉਣਾ ਵਾ ਤੇ ਇਹ ਕੱਲ ਘਟਾਉਣਾ ਤੁਸੀਂ ਬਾਰਗਿੰਗ ਨਹੀਂ ਕਰਨੀ ਨਹੀਂ ਕਰਨੀ ਜੀ ਇਹ ਬਾਰਗਿੰਗ ਕਰੋਗੇ ਤੇ ਫਸ ਵੀ ਹੋਗੇ ਬਿਲਕੁਲ ਸਹੀ ਗੱਲ ਆ ਜੀ ਇੱਕ ਪੋਲੇ ਜਾਂ ਮੂੰਹ ਹੀ ਆ ਦੀਦੀ ਤੁਹਾਡੇ ਲਈ ਕਿਹਦੇ ਲਈ ਤੁਹਾਡੇ ਲਈ ਕਿੰਨੇ ਦਾ ਪੀਸ 14,000 ਦਾ ਜੀ ਦੀਦੀ ਕਹਿੰਦੇ ਆਪਾਂ ਦੇਣਾ 10,000 ਬਾਅਦ 4,000 ਆਪਾਂ ਦੇਣਾ ਹੀ ਨਹੀਂ ਗਾ ਉੱਪਰਲਾ ਅਸੀਂ ਪੂਰੇ ਪੂਰੇ ਪੈਸੇ ਦੇਣੇ ਉੱਪਰਲੇ ਪੈਸੇ ਨਹੀਂ ਦੇਣੇ ਅਸੀਂ ਦੇਣਾ ਸਿਰਫ 10,000 ਰੁਪਇਆ ਆ ਫੜੋ 10,000 ਰੁਪਇਆ ਮਗਰ ਅਸੀਂ 10,000 ਲੈਣਾ ਨਹੀਂ ਅਸੀਂ ਲੈਣਾ ਸਿਰਫ 4,090 ਰੁਪਏ ਜਿੱਦਾਂ ਫਰੰਟ ਕੱਢਿਆ ਆ ਉਹਦੇ ਦੀ ਬੈਕ ਸਾਈਡ ਵੀ ਕੱਢੀ ਆ ਤੇ ਫਰੰਟ ਤੇ ਹੈਂਡ ਵਰਕ ਵੀ ਕੀਤਾ ਆ ਲਟਕਣ ਵੀ ਲੱਗੇ ਹੋਏ ਆ ਪ੍ਰੋਪਰ ਵੱਡਾ ਸਾਈਜ਼ ਵੀ ਆ ਕਸਟਮਰ ਲੋਸ ਚ ਜਾਂਦਾ ਜੀ ਬੈਨੀਫਿਟ ਕਿੰਨਾ ਹੋ ਜਾਂਦਾ ਦੁਕਾਨਦਾਰਾਂ ਦਾ ਅਸੀਂ ਨੀ ਕਰਨਾ ਅਸੀਂ ਤੁਹਾਨੂੰ ਇੱਕ ਰੇਟ ਦੇ ਦੇਣਾ ਸਿਰਫ ਕਿੰਨੇ ਦਾ ਜੀ 4,000 4,090 ਦੇ ਵਿੱਚ ਇੱਕ ਕਲਰ ਹੈਗੇ ਜੀ 4 ਦੋ ਪੀਸ ਆ ਇਸ ਵੇਲੇ ਪਏ ਆ ਜੀ ਮੇਰੇ ਕੋਲ ਇੱਕ ਲੈ ਲਹਿੰਗਾ ਲਓ ਜੀ ਲਹਿੰਗਾ ਵਾਕਈ ਲਹਿੰਗਾ ਹੈ ਜੀ ਲਹਿੰਗਾ ਲਓ ਜੀ ਦੀਦੀ ਆ ਗਈ ਹੁਸ਼ਿਆਰਪੁਰ ਤੋਂ ਪੂਰਾ ਫਰਿੱਲ ਦੇਖਿਓ ਜੀ ਫਰਿੱਲ ਭਾਜੀ ਆਪ ਘੁਮਾਉਂਦੇ ਪਏ ਫਰਿੱਲ ਦੀਦੀ ਵੀਡੀਓ ਕੋਲ ਆਇਓ ਹੁਸ਼ਿਆਰਪੁਰ ਤੋਂ ਕਿੰਨੇ ਦਾ ਪੀਸ ਜੀ 28,800 ਸਿਰਫ ਦੀਦੀ ਤੁਹਾਡੇ ਲਈ 28,500 ਰੁਪਏ ਦਾ ਉਹ ਭਾਜੀ ਜ਼ਿਆਦਾ ਵਾ ਸ਼ੂ ਥੋੜੇ ਘੱਟ ਕਰ ਬੇ ਇੱਕ ਜਾਂ ਦੋ ਵਾਰੀ ਪਾਉਣਾ ਆ ਬੱਚਿਆਂ ਚੁਆਇਸ ਆ ਉਹਨਾਂ ਨੇ ਹੁਣ ਬਾਹਰ ਬੈਠੇ ਇਹ ਉਹ ਦੇਖਦੇ ਪਏ ਆ ਲਾਈਵ ਦੇਖਦੇ ਪਏ ਆ ਹੁਣ ਮੈਂ ਵੀ ਆਏ ਆ ਵੀਡੀਓ ਕਾਲ ਤੇ ਲਾ ਕੇ ਪਸੰਦ ਕੀਤਾ 28,500 ਤਾਂ ਬਹੁਤ ਜ਼ਿਆਦਾ ਹੋ ਗਿਆ ਥੋੜੇ ਘੱਟ ਕਰ ਲਓ ਮੈਂ ਕਿਹਾ ਦੀਦੀ ਨਹੀਂ ਘੱਟ ਨਹੀਂ ਹੋਣਾ ਇੱਕੋ ਰੇਟ ਆ ਨਹੀਂ ਨਹੀਂ ਅੱਜ ਤਾਂ ਦੇਣਾ ਇਹਦਾ 25,000 ਰੁਪਇਆ ਸਿੱਧੇ 3,000 ਘੱਟ ਗਿਆ ਜੀ 25,000 ਤੋਂ ਵੱਧ ਨਹੀਂ ਲੈਣਾ ਅਸੀਂ 25,000 ਲੈਣਾ ਤੈਨੂੰ ਪੁੱਗਦਾ ਲੈਣਾ ਨਹੀਂ ਪੁੱਗਦਾ ਤੇ ਰਹਿਣ ਦੇ ਅਸੀਂ ਚੱਲੇ ਆ ਪੂਰਾ ਹੈਵੀ ਪੀਸ ਆ ਜੀ ਭਾਈ ਉਹਨਾਂ ਦੇ ਹੱਥ ਫੜਿਆ ਜਿੱਦਾਂ ਫਰੰਟ ਆ 28,500 ਦੀਦੀ ਨੇ ਦਿੱਤਾ ਆਪਾਂ ਨੂੰ 25,000 ਰੁਪਇਆ ਬਈ ਅਸੀਂ 3,000 ਰੁਪਇਆ ਉੱਪਰਲਾ 3,500 ਨਹੀਂ ਲੈਣਾ ਅਸੀਂ 25,000 ਹੀ ਦੇਣਾ 28,500 ਵਾਲੇ ਦਾ ਮਗਰ ਅਸੀਂ ਕਰਨਾ ਨਹੀਂ ਏਦਾਂ ਨਹੀਂ ਲੈਣਾ ਹੈ ਜੀ ਨਹੀਂ ਇੰਨੇ ਲੈਣੇ ਆ ਅਗਲਾ 25,000 ਫੜਾਉਂਦਾ ਅਸੀਂ ਨਾਲੇ 10,000 ਵਾਲੇ ਦਾ 15,000 ਮੋੜ ਦੀਦਾ ਬਿਲਕੁਲ ਬਿਲਕੁਲ ਜੀ ਰਹਿ ਮੇਰੇ ਹੱਥ ਕਿੰਨੇ ਗਏ
ਤੁਹਾਨੂੰ ਕਿੰਨੇ ਦਾ ਮਿਲਦਾ ਪਿਆ? ਕੋਈ 28,000 ਨੀ, ਕੋਈ 25,000 ਨੀ, ਸਿਰਫ ਤੁਹਾਡਾ ਆਪਣਾ ਪੀਸ 8,500 ਰੁਪਏ ਦਾ ਪੀਸ ਪੂਰਾ ਹੈ ਵੀ ਲੁੱਕ ਜੀ, ਦੁਪੱਟੇ ਵੀ ਨਾਲ ਕੀਤਾ ਜੇ ਉਹਨਾਂ ਨੇ ਬਾਰਗਿੰਗ ਨਹੀਂ ਕੀਤੀ। ਬਿਲਕੁਲ ਸਹੀ ਹੈ ਜੀ, ਉਹ ਵੀ ਇੱਕ ਪੀਸ ਮਗਰ ਜੀ, ਕਹਿੰਦਾ ਬਾਰਗਿੰਗ ਦੇ ਚੱਕਰ 'ਚ ਨਾ ਪਵੋ, ਫਿਕਸ ਰੇਟ ਆ, ਇੱਕੋ ਰੇਟ ਆ, ਜੋ ਕਹਿਣਾ ਉਹੀ ਲੈਣਾ ਹੈ ਜੀ, ਘੱਟ ਵੱਧ ਦੇ ਚੱਕਰ 'ਚ ਤੁਹਾਡਾ ਲੋਸ ਹੋ ਜਾਣਾ ਆਪਾਂ ਕਰਨਾ ਨਹੀਂ। ਤੇ ਇਹਦਾ ਸਕਰੀਨਸ਼ੋਟ ਲੈ ਲਓ, ਜੇ ਤੁਹਾਨੂੰ ਇਹ ਕਹਿੰਦਾ 12,000-13,000 ਦਾ ਵੀ ਕਿਤੇ ਮਿਲ ਜਾਵੇ ਤੇ ਸਾਡੇ ਵੱਲੋਂ ਲੈ ਲਿਓ, ਤੇ ਸਾਡਾ ਰੇਟ ਹੈਗਾ ਜੀ ਸਿਰਫ 8,500 ਰੁਪਏ ਦਾ ਪੂਰਾ ਲਹਿੰਗਾ ਹੈ ਵੀ ਆਸ਼ੂ ਦੀ ਹੱਟੀ ਦੇ, ਆਸ਼ੂ ਦੀ ਹੱਟੀ ਫਗਵਾੜਾ ਬੰਗਾ ਰੋਡ ਤੇ ਜੀ। ਰੰਗ 4 ਲਓ ਜੀ, ਇੱਕ ਕਲਰ ਆ, ਦੋ ਕਲਰ ਆਏ ਜੀ, ਦੋ ਕਲਰ, ਦੂਸਰਾ ਹੀ ਬੜਾ ਸੋਹਣਾ ਜੀ, ਲਓ ਜੀ ਤੀਸਰਾ ਬੜਾ ਹੀ ਸੋਹਣਾ, ਔਰ ਚੌਥਾ ਹੁਣ ਤਾਂ ਐਂਡੇ ਕਰਾਤੇ ਜੀ, ਲਵੈਂਡਰ ਕਲਰ ਜੀ, ਲਵੈਂਡਰ ਫੁੱਲ ਡਿਮਾਂਡ ਦੇ ਵਿੱਚ ਕਲਰ ਕਿਹੜਾ ਜੀ? ਲਵੈਂਡਰ। ਲਓ ਜੀ ਪੀਸ ਇੱਕ ਦੇਖਿਓ ਜੀ, ਇਲੈਕਟ੍ਰਿਕ ਬਲੂ ਕਲਰ ਦੇ ਵਿੱਚ ਪੀਸ ਹੈ, ਇਲੈਕਟ੍ਰਿਕ ਬਲੂ, ਕੋਈ ਨੇਵੀ ਬਲੂ ਕਲਰ ਨਹੀਂ, ਨਵਾਂ ਹੀ ਸ਼ੇਡ ਹੈ ਜੀ ਇਲੈਕਟ੍ਰਿਕ ਬਲੂ, ਔਰ ਸਾਈਜ਼ ਔਰ ਵਰਕ ਕਿਹੜਾ ਜੀ? ਹੈਂਡ ਵਰਕ ਹੋਇਆ ਪਿਆ, ਮਿਡਲ ਦਾ, ਦਬਕੇ ਦਾ, ਸਟੋਨ ਦਾ, ਤਿੰਨ ਚਾਰ ਤਰ੍ਹਾਂ ਦਾ ਕੰਮ ਕੀਤਾ, ਸਾਰਾ ਟੋਟਲੀ ਹੈਂਡ ਦਾ ਜੀ। ਸਾਈਜ਼ ਹੈ 56। ਕਿੰਨਾ ਸਾਈਜ਼ ਹੈ ਜੀ? 56। ਲਓ ਜੀ ਬਾਕੀ ਛੱਪਣ ਹੀ ਕਰਤਾ ਪੀਸ ਖੋਲ ਕੇ, 56 ਸਾਈਜ਼ ਹੈ, 56 ਬੜਾ ਸਾਈਜ਼। ਲਓ ਜੀ ਇੱਕ ਕਲਰ, ਬਾਕੀ ਕਲਰ ਖੋਲਦੇ ਪਏ ਤੁਹਾਡੇ, ਉਹ ਵੀ ਕਲਰਾਂ ਇੰਨੀਆਂ ਕਰਾਵਾਂਗੇ ਜੀ। ਰੇਟ ਕੱਢਿਓ, ਕੀ ਕੱਢਿਆ ਭਾਜੀ ਇਹਦਾ? ਰੇਟ ਕੱਢਿਆ ਭਾਜੀ ਆਪਾਂ ਇਹਦਾ 11,590। ਅੱਛਾ ਜੀ, ਇਹ ਆਸ਼ੂ ਭਾਜੀ ਕਹਿੰਦੇ ਆਸ਼ੂ ਦੀ ਅੱਟੀ ਆ, ਇੱਥੇ ਰੇਟ ਉਹ ਦੱਸਣਾ ਜਿਹੜਾ ਆਪਾਂ ਲੈਣਾ ਆ। ਤੇ ਭਾਜੀ ਸਿੱਧਾ ਹਿਸਾਬ ਲਾ ਲਓ ਫਿਰ ਤੁਸੀਂ, 5,55,000 ਲੈਸ ਵਾ ਫਿਰ ਇਹਦੇ ਵਿੱਚੋਂ। ਅੱਛਾ ਜੀ 5,500 ਲੈਸ ਹੋ ਗਏ, ਫਿਰ ਇਹ ਕਿੰਨੇ ਦਾ ਗਿਆ? 5,590 ਦਾ ਦੇ ਦੇਣਾ ਆਪਾਂ। ਕਿੰਨੇ ਦਾ ਜੀ? ਕੁੱਲ ਕਲਾ ਕੇ ਲੈਸ ਕਰਕੇ 5,590। ਲਓ ਜੀ 5,590 ਦੇ ਵਿੱਚ ਪੂਰਾ ਹੈਵੀ ਪੀਸ, ਔਰ ਸਾਈਜ਼ ਪੂਰਾ ਵੱਡਾ ਸਾਈਜ਼, ਕਿੰਗ ਸਾਈਜ਼ ਜਿਹਨਾਂ ਨੂੰ ਕਹਿੰਦੇ, ਬਿਗ ਸਾਈਜ਼, ਕਿੰਗ ਬਿਗ, 56 ਸਾਈਜ਼। ਲਓ ਜੀ 56 ਸਾਈਜ਼, ਕਲਰ ਆਉਗੇ ਇੱਕ ਮਰੂਨ ਕਲਰ ਜੀ, ਵਾਈਨ ਕਲਰ ਜੀ, ਲਓ ਜੀ ਮੂੰਗੀਆ ਕਲਰ ਜੀ, ਗ੍ਰੀਨ ਕਲਰ ਮੂੰਗੀਆ, ਚਾਰ ਕਲਰ ਆ ਜੀ। ਰੇਟ ਇੱਕ ਵਾਰੀ ਫਿਰ ਬੋਲੋ ਜੀ, 5,590। ਲਓ ਜੀ ਵਾਰ ਵਾਰ ਤੁਹਾਨੂੰ ਰੇਟ ਦੱਸੀ ਜਾਂਦੇ ਪਏ ਆ, ਇਹ ਨੀ ਹੈਗਾ ਕਿ ਜੋ ਰੇਟ ਹੈਗਾ ਤੇ ਉਹੀ ਲੈਣਾ ਆ, ਕੋਈ ਇਹਦੇ ਵਿੱਚ ਇਹ ਨੀ ਹੈਗਾ ਜੀ ਕਿ ਕਹਿਣਾ ਕੁਛ ਆ ਤੇ ਲੈਣਾ ਕੁਛ ਆ ਜੀ। ਲਓ ਜੀ ਡਰੈਸ ਆਈ ਆ ਜੀ, ਜਿਹੜੀ ਸਾਡੇ ਕੋਲ 20-22,000 ਦੀ ਰੇਂਜ ਦੇ ਵਿੱਚ ਡਰੈਸ ਬਣੀ ਆ ਜੀ, 20-22,000 ਦੀ ਰੇਂਜ ਦੇ ਵਿੱਚ ਡਰੈਸਾਂ ਆਉਂਦੀਆਂ ਆਲੀਆਂ। ਪੀਸ ਚੈੱਕ ਕਰ ਲਓ, ਪੂਰਾ ਹੈਵੀ ਪੀਸ ਆ ਜੀ, ਮੈਚਿੰਗ ਆ ਜੀ,
ਹੌਟ ਪਿੰਕ ਦੇ ਨਾਲ ਔਰੇਂਜ ਕਲਰ ਦੀ ਜੀ, ਜਿਹਦਾ ਰੇਟ 20 ਤੋਂ ਲੈ ਕੇ 22,000 ਦੀ ਰੇਂਜ ਤੱਕ ਪੀਸ ਆਉਂਦਾ ਜੀ, 20 ਤੋਂ ਲੈ ਕੇ 22,000 ਤੱਕ ਰੇਟ ਜੀ। ਅੱਜ ਹੈਗਾ ਜੀ ਓਫਰ ਡੇ, ਓਫਰ ਡੇ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਸਪੈਸ਼ਲ ਓਫਰ ਦਿੱਤੀ ਜਾਵੇਗੀ ਭਾਜੀ। ਓਫਰ ਕਿਹੜੀ ਹੈ ਜੀ ਅੱਜ ਦਾ ਦਿਨ? ਅੱਜ ਮਿਲਣਾ 10,490 ਰੁਪਏ ਦੇ ਵਿੱਚ ਜੀ। ਲਓ ਜੀ 20,000 21,000 ਵਾਲਾ ਪੀਸ ਤੁਹਾਨੂੰ ਮਿਲਣਾ 10,000 22,000 ਦੀ ਰੇਂਜ ਪੀਸ ਸੀ ਜੀ। ਲੋ ਜੀ ਫੁੱਲ ਸਲੀਵਸ ਹੈ ਵੀ, ਸਾਰਾ ਕੰਮ ਹੈਂਡ ਦਾ ਕੀਤਾ ਹੈ ਜੀ, ਪੂਰਾ ਟੋਟਲੀ ਹੈਂਡ। ਬੈਗ ਵੀ, ਅੱਛਾ ਜੀ ਬੈਗ ਵੀ ਨਾਲ। ਲੋ ਜਿੱਦਾਂ ਫਰੰਟ ਬਣਿਆ ਉਦਾਂ ਹੀ ਸੇਮ ਬੈਗ, ਬੈਗ ਫਰੰਟ ਤੇ ਸਾਈਜ਼ ਆ ਗਿਆ 44 ਰੇੜੀ। ਅੱਛਾ 44 ਰੇੜੀ ਭਾਜੀ, ਰੇਟ ਵੀ ਦੱਸ ਦਿਓ ਇਹਦਾ। ਭਾਜੀ 12,500 ਸਿਰਫ ਵਾਲਾ ਰੇਟ ਦਾ, 12,500 ਸਿਰਫ ਰੇਟ ਸੀਗਾ ਤੇ ਅੱਜ ਦਾ ਰੇਟ ਹੈਗਾ 7,790। ਲੋ ਜੀ 7,790 ਦੇ ਵਿੱਚ ਤੁਹਾਨੂੰ ਰੈਡੀਮੇਡ ਪੀਸ ਫਰੰਟ ਬੈਕ ਪੂਰੀ ਹੈਵੀ ਲੁੱਕ ਨਾਲ, ਕੀ ਆ ਸ਼ਰਾਰਾ ਕਿ ਜਾਫਾ ਭਾਜੀ? ਜਾਫਾ ਕੱਲਿਆਂ ਵਾਲਾ ਭਾਜੀ, ਖੋਲੋ ਜਰਾ ਜਾਫਾ ਵੀ ਖੋਲੋ ਜਰਾ, ਪੂਰਾ ਲਹਿੰਗੇ ਜਿੰਨਾ ਫਰਿੱਲ ਵਾ, ਲਹਿੰਗੇ ਜਿੰਨਾ ਆਇਆ ਜੀ। ਜਾਫਾ ਸ਼ਰਟ ਆ ਗਈ, ਫਰੰਟ ਐਂਡ ਬੈਕ ਜਾਫਾ ਕਲੀਆਂ ਵਾਲਾ ਪੂਰਾ ਫਰਿੱਲੀ। ਲਓ ਜੀ ਨਿੰਬੂ ਮਿਰਚਾਂ ਫੇਰ ਆ ਗਈਆਂ ਜੀ। ਓਕੇ ਮੇਰੇ ਭਾਜੀ, ਓਕੇ ਜੀ। ਲਓ ਜੀ ਕਲਰ ਇੱਕ ਆਇਆ ਫਿਰੋਜ਼ੀ ਸ਼ੇਡ, ਬਲੈਕ ਕਲਰ, ਵਾਈਨ ਕਲਰ, ਇਲੈਕਟ੍ਰਿਕ ਬਲੂ ਕਲਰ, ਗਜ਼ਰੀ ਕਲਰ ਜੀ। ਕਲਰ ਆਏ 5, ਰੇਟ ਕਿੰਨਾ ਸੀ ਭਾਜੀ ਇਹਦਾ? 7,290 ਜੀ। ਲਓ ਜੀ 7,290 ਦੇ ਵਿੱਚ ਬਹੁਤ ਸੋਹਣੇ ਪੀਸ ਹੈ ਜੀ, ਨਵੀਆਂ ਵਰਾਇਟੀਆਂ ਨਵੇਂ ਰੰਗ ਦੇ ਜੀ। ਆਸ਼ੂ ਦੀ ਹੱਟੀ, ਬੰਗਾ ਰੋਡ, ਫਗਵਾੜਾ ਜੀ।